ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਕੱਢਣ ਦਾ ਦਾਅਵਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਨਸ਼ੇ 'ਤੇ ਨੱਥ ਪਾਉਣ 'ਚ ਫੇਲ ਸਾਬਤ ਹੋਈ। ਇਹ ਕਹਿਣਾ ਹੈ ਸੁਰਿੰਦਰ ਸਿੰਘ ਭੱਲੇਵਾਲ ਰਾਠਾ, ਸਾਬਕਾ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਦਾ, ਜੋ ਗੜਸ਼ੰਕਰ ਵਿਖੇ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਸੁਰਿੰਦਰ ਸਿੰਘ ਭੱਲੇਵਾਲ ਰਾਠਾ ਨੇ ਕਿਹਾ ਕਿ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ੇ ਦਾ ਖਾਤਮਾ ਕਰਨ ਵਿੱਚ ਫੇਲ ਸਾਬਤ ਹੋਈ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਘਰ ਘਰ ਵਿੱਚ ਨਸ਼ਾ ਪਹੁੰਚਣ ਲੱਗ ਪਿਆ ਹੈ। ਆਓ ਦੇਖਦੇ ਹਾਂ ਸਾਡੀ ਖਾਸ ਰਿਪੋਰਟ। ਜਿਹੜਾ ਨਸ਼ਾ ਆ ਉਹ ਤਾਂ ਜਿੰਨੇ ਸ਼ਰਾਬ ਦੇ ਠੇਕੇ ਆ, ਠੇਕਿਆਂ 'ਤੇ ਵੀ ਵਿਕਣ ਲੱਗ ਪਿਆ ਹੁਣ। ਕਿ ਅੱਗੇ ਉੱਥੇ ਸ਼ਰਾਬ ਵਿਕਦੀ ਸੀ, ਬੋਤਲਾਂ ਵਿਕਦੀਆਂ ਸੀਗੀਆਂ, ਹੁਣ ਪੁੜੀਆਂ ਵਿਕਣ ਲੱਗ ਪਈਆਂ। ਅਤੇ ਜਿਹੜੀਆਂ ਲੇਡੀ ਆ ਉਹ ਸ਼ਰੇਆਮ ਲੇਡੀ ਨਸ਼ਾ ਵੇਚ ਰਹੀਆਂ, ਪੁੜੀਆਂ ਵੇਚ ਰਹੀਆਂ, ਜੈਂਟਸ ਵੇਚ ਰਹੇ ਆ। ਅਤੇ ਇੰਜੈਕਸ਼ਨ ਲਾ ਕੇ ਉਹ ਸੜਕਾਂ 'ਤੇ ਝੂਲਦੇ ਦੇਖਦੇ ਆ ਤੁਸੀਂ ਰੋਜ਼। ਅਤੇ ਇਹ ਆਪਣੇ ਨੂੰ ਭਗਵੰਤ ਮਾਨ ਨੂੰ ਨਹੀਂ ਦਿੰਦੇ ਕਿਆ? ਇਹਨਾਂ ਦੇ ਪ੍ਰਸ਼ਾਸਨ ਨੂੰ ਨਹੀਂ ਦਿੰਦੇ ਇਹ ਨਸ਼ੇ ਵਾਲੇ? ਇਸ ਕਰਕੇ ਇਹਨਾਂ ਦਾ ਨਸ਼ੇ 'ਤੇ ਕੋਈ ਕੰਟਰੋਲ ਨਹੀਂ ਗਾ। ਪਹਿਲਿਆਂ ਸਮਿਆਂ ਨਾਲੋਂ ਨਸ਼ਾ ਸਮਾ ਕੇ ਹੁਣ ਅੱਗੇ ਨਾਲੋਂ ਵੀ ਵੱਧ ਚੁੱਕਾ। ਪਰਿਵਾਰਾਂ ਦੇ ਵਿੱਚ ਇੱਕ ਇੱਕ ਦੋ ਦੋ ਮੈਂਬਰ ਆ, ਸਾਰੇ ਇੱਕ ਇੱਕ ਦੋ ਦੋ ਮੈਂਬਰ ਪਰਿਵਾਰ ਦੇ ਵਿੱਚ ਆ, ਔਰ ਉਹ ਵੀ ਨਸ਼ੇ ਦੀ ਭੇਟ ਚੜ੍ਹ ਜਾਣ ਅਤੇ ਉਹ ਮਾਤਾ ਪਿਤਾ ਦਾ ਕੀ ਹਾਲ ਆ? ਕਈ ਦੇਖਦੇ ਹਾਂ ਕਿ ਇਹ ਸਰਕਾਰ ਨਾਂ ਦੀ ਤਾਂ ਪੰਜਾਬ ਦੇ ਵਿੱਚ ਗੱਲੇ ਕੋਈ ਨਹੀਂ। ਅਫਸਰ ਜਿਹੜੇ ਆ ਅਫਸਰਾਂ ਨੂੰ ਇਹ ਚੱਲਣ ਨਹੀਂ ਦਿੰਦੇ। ਅਫਸਰ ਤਾਂ ਇਹਨਾਂ ਤੋਂ ਔਖੇ ਆ, ਅਫਸਰ ਤਾਂ ਆਪ ਪਛਤਾਉਂਦੇ ਆ ਕਿ ਸਰਕਾਰ ਕਿੱਥੋਂ ਇੱਦਾਂ ਦੀ ਬਣ ਗਈ, ਇੱਦਾਂ ਦੇ ਮਦਾਰੀ ਕਿੱਥੋਂ ਆ ਕੇ ਪੰਜਾਬ ਦੇ ਲੋਕਾਂ ਨੇ ਬਣਾ ਦਿੱਤੇ ਆ। ਲੋਕ ਅੱਜ ਤਰ੍ਹਾਂ ਤਰ੍ਹਾਂ ਕਰ ਰਹੇ ਆ। ਇਸ ਕਰਕੇ ਆਉਣ ਵਾਲਾ ਸਮਾਂ ਤੁਸੀਂ ਦੇਖਿਓ ਪੰਜਾਬ ਦੇ ਵਿੱਚ ਹੋਰ ਵੀ ਭਿਆਨਕ ਸਮਾਂ ਆਏਗਾ। ਅੱਜ ਆਰਥਿਕ ਪੱਖੋਂ ਪੰਜਾਬ ਜਿਹੜਾ ਆ ਉਹ ਬਹੁਤ ਪਛੜ ਚੁੱਕਾ, ਔਰ ਜਿਹੜੀਆਂ ਹਿੰਦੁਸਤਾਨ ਦੀਆਂ ਬਿਲਕੁਲ ਡਾਊਨ ਸਟੇਟਾਂ ਆ ਉਹਨਾਂ ਦੇ ਬਰਾਬਰ ਪੰਜਾਬ ਚਲੇ ਗਿਆ। ਜਿਹੜਾ ਪੰਜਾਬ ਇੱਕ ਨੰਬਰ 1 ਸਟੇਟ ਹੁੰਦੀ ਸੀ ਹਿੰਦੁਸਤਾਨ ਦੀ, ਅੱਜ ਪੰਜਾਬ ਦੀ ਹਾਲਤ ਕੀ ਬਣਾ ਕੇ ਰੱਖਤੀ ਇਹਨਾਂ ਨੇ? 1.5 ਸਾਲ ਦੇ ਵਿੱਚ ਹੀ 1.5 ਸਾਲ ਦੇ ਵਿੱਚ ਕਰਜ਼ੇ ਚੱਕੀ ਜਾਂਦੇ ਆ, ਰਿਆਇਤ ਕਿਸੇ ਨੂੰ ਦਿੰਦੇ ਹੀ ਨਹੀਂ। ਆ ਹੁਣ ਜਿਹੜਾ ਹੜ੍ਹਾਂ ਦੇ ਨਾਲ ਨੁਕਸਾਨ ਹੋਏ ਆ, ਦੇਖੋ 2000 ਆਪਣੇ 218 ਕਰੋੜ ਰੁਪਈਏ ਤਾਂ ਸੈਂਟਰ ਨੇ ਦੇ ਦਿੱਤਾ, ਇਹਨਾਂ ਨੇ ਉਹਦੇ ਵਿੱਚੋਂ ਵੀ ਬਚਾ ਲਏ 186 ਕਰੋੜ ਭੇਜਿਆ। ਅੱਜ ਹਜ਼ਾਰਾਂ ਏਕੜ ਝੋਨਾ ਖਰਾਬ ਹੋ ਗਿਆ, ਲੋਕਾਂ ਦੇ ਘਰ ਤਬਾਹ ਹੋ ਗਏ, ਫਸਲਾਂ ਕਮਾਦ ਤਬਾਹ ਹੋ ਗਏ, ਕਿੰਨੀਆਂ ਫਸਲਾਂ ਤਬਾਹ ਹੋ ਗਈਆਂ। ਅਤੇ ਅਰਸ ਦਿੱਤਾ ਕੱਖ ਨਹੀਂ, ਕਹਿੰਦਾ ਗਿਰਦਾਵਰੀ ਤੋਂ ਬਗੈਰ 20,000 ਰੁਪਈਆ ਮੈਂ ਕਿਸਾਨਾਂ ਨੂੰ ਦਊਂਗਾ, ਗਿਰਦਾਵਰੀ ਬਾਅਦ 'ਚ ਹੁੰਦੀਆਂ ਰਹੂਗੀ, ਦੱਸੋ ਹੁਣ ਦਿੱਤਾ ਕਿਹਨੂੰ ਆ? ਔਰ ਅਸੀਂ ਤਾਂ ਪਹਿਲਾਂ ਸਭ ਤੋਂ ਪਹਿਲਾਂ ਇਹ ਮੰਗ ਕਰਦੇ ਹਾਂ ਕਿ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ। ਔਰ ਜਿਹੜਾ ਨਸ਼ਾ ਕਿਸੇ ਪਾਸੇ ਚਾਹੇ ਆਉਂਦਾ, ਬਾਰਡਰ ਤੋਂ ਆਉਂਦਾ, ਚਾਹੇ ਦਿੱਲੀ ਤੋਂ ਆਉਂਦਾ, ਦਿੱਲੀ ਕਿਹਦੀ ਸਰਕਾਰ ਆ? ਉੱਥੇ ਵੀ ਇਹਨਾਂ ਦੀ ਸਰਕਾਰ ਆ। ਜੇ ਬਾਰਡਰ ਤੋਂ ਆਉਂਦਾ ਉੱਥੇ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ। ਅਤੇ ਇਹ ਪ੍ਰਸ਼ਾਸਨ ਕੀ ਕਰਦਾ? ਜਿੰਨਾ ਚਿਰ ਨਸ਼ੇ ਨੂੰ ਨੱਥ ਨਹੀਂ ਪਾਈ ਜਾਊਗੀ ਅਤੇ ਪੰਜਾਬ 'ਚ ਜਵਾਨੀ ਜਿਹੜੀ ਸਾਡੀ ਤਬਾਹ ਹੋ ਰਹੀ ਆ, ਅੱਗੇ ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਆ, ਜਿਹੜੇ ਇੱਥੇ ਆ ਉਹ ਨਸ਼ਿਆਂ ਦੇ ਨਾਲ ਖਤਮ ਹੋ ਰਹੇ ਆ, ਅਤੇ ਸਾਨੂੰ ਤਾਂ ਫਿਕਰ ਆ ਕਿ ਪੰਜਾਬ ਦਾ ਕੀ ਬਣੂਗਾ। ਔਰ ਇਹਨਾਂ ਲੋਕਾਂ ਨੇ ਜਿਹੜੇ ਟਿੱਪਰ ਓਵਰਲੋਡ ਆਉਂਦੇ ਆ, ਸਰਕਾਰ ਦੀ ਮਿਲੀ ਭੁਗਤ ਦੇ ਨਾਲ ਓਵਰਲੋਡ ਚੱਲਦੇ ਆ। ਆ ਤੁਹਾਡੇ ਸਾਹਮਣੇ ਪੁਲੀ ਓਵਰਲੋਡ ਨਾਲ ਬੈਠੀ, ਉਹ ਵੀ ਬਹਿ ਕੇ ਰਸਤਾ ਬੰਦ ਹੋ ਗਿਆ, ਔਰ ਨੰਗਾ ਰੋਡ ਜਿਹੜਾ ਬਿਲਕੁਲ ਬੰਦ ਆ। ਉਹ ਦੇਖਣਾ ਸੀਗਾ, ਇਸ ਸਰਕਾਰ ਨੇ ਦੇਖਣਾ ਸੀਗਾ। ਚੌਂਕ 'ਚ ਪੁਲਿਸ ਖੜ੍ਹੀ ਆ, ਉਹਨਾਂ ਨੂੰ ਨਹੀਂ ਦਾ ਓਵਰਲੋਡ ਆ। ਜਿੱਥੇ 20 ਟਨ ਪਾਸ ਆ ਉੱਥੇ 50-50 ਟਨ ਲੈ ਕੇ ਮਾਲ ਲੈ ਕੇ ਟਰਾਲੀ ਲੰਘ ਰਹੇ ਉੱਥੋਂ, ਅਤੇ ਸੜਕ ਦੀ ਐਡੀ ਤਰਸਯੋਗ ਹਾਲਤ ਆ। ਸਾਡੀ ਵੀ ਸਰਕਾਰ ਰਹੀ, ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹੀ ਹੈ, 7 ਤੋਂ ਲੈ ਕੇ 17 ਤੱਕ, ਗੜਸ਼ੰਕਰ ਤੋਂ ਲੈ ਕੇ ਨੰਗਰ ਰੋਡ ਖਰਾਲਗੜ੍ਹ ਤੱਕ ਕਿਤੇ ਇੱਕ ਟੋਆ ਨਹੀਂ ਪੈਣ ਦਿੱਤਾ, ਖੱਡਾ ਨਹੀਂ ਪੈਣ ਦਿੱਤਾ। ਨਾ ਤਾਂ ਕਾਂਗਰਸ ਨੇ ਸਾਰ ਲਈ, ਨਾ 1.5 ਸਾਲ ਹੀ ਨਹੀਂ ਸਾਰ ਲਈ, ਹੁਣ 1 ਸਾਲ ਹੋ ਗਿਆ ਸੜਕ ਬਣਦੀ ਨੂੰ। ਉਹ 2 ਕੁ ਮੀਟਰ ਬਣਾ ਲੈਂਦੇ ਫਿਰ ਚੱਲ ਜਾਂਦੇ, 2 ਕੁ ਮੀਟਰ ਬਣਾ ਲੈਂਦੇ ਫਿਰ ਚੱਲ ਜਾਂਦੇ ਆ। 19 ਮੌਤਾਂ ਇਸ ਰੋਡ 'ਤੇ, ਮੋਟਰਸਾਈਕਲ ਵਾਲੇ, ਲੇਡੀ ਦੀਆਂ, ਜੈਂਟਸ ਦੀਆਂ, ਬਜ਼ੁਰਗਾਂ ਦੀਆਂ, ਨੌਜਵਾਨਾਂ ਦੀਆਂ, 19 ਮੌਤਾਂ ਇਸ ਸੜਕ 'ਤੇ ਹੋ ਚੁੱਕੀਆਂ। ਇਸ ਸੜਕ ਦਾ ਨਾਂ ਲੋਕਾਂ ਨੇ ਖੂਨੀ ਸੜਕ ਰੱਖ ਦਿੱਤਾ ਕਿ ਜਿੱਥੇ 19 ਮੌਤਾਂ ਇਸ ਸੜਕ 'ਤੇ ਹੋਣ, ਆਪੇ ਉਹਨੂੰ ਖੂਨੀ ਸੜਕ ਕਹਾਂਗੇ ਆਪਾਂ? ਵੀ ਸਰਕਾਰ ਨਾਂ ਦੀ ਗੱਲੇ ਕੋਈ ਨਹੀਂ। ਉੱਥੇ ਆਵਾਜ਼ ਜਿੱਦਣ ਡੈਥ ਹੋਈ ਆ ਮੁੰਡੇ ਦੀ,
ना उत्थे MLA पहुंचिया, ना SDM पहुंचिया। SDM है ही नहीं, देखो झूठ बोल के वोटा ले लिया, हूँ अपन तिजोरिया भरन डे आ कि तिजोरिया भर लो, तिजोरिया भर लो, फिर टाइम मिलना कि नहीं मिलना, यह हाल है। इस करके मैं पंजाब के लोगों भी बेनती करना, इन्हों लोगों की सरकार तो सचेत रहो, थोड़ा कुछ नहीं सवार सकते बाकी।